ਜਵਾਬ ਦੇਵਾਂ, ਕਿਉਂਕਿ ਹਰੇਕ ਜ਼ਿੰਦਗੀ ਦੇ ਵਿੱਚ ਬੰਦੇ ਦੇ ਮਿਆਰ ਆਉਂਦੇ ਰਹਿੰਦੇ ਨੇ, ਹੈ ਨਾ, ਹੌਲੀ ਹੌਲੀ ਹਰੇਕ ਚੀਜ਼ ਤੋਂ ਬੰਦਾ ਸਿੱਖਦਾ ਅਤੇ ਡੇ ਬਾਏ ਡੇ ਗਰੋ ਹੁੰਦਾ, ਹੈ ਨਾ, ਅਤੇ ਆਪਾਂ ਵੀ ਹੋ ਰਹੇ ਹਾਂ, ਚੰਗੀਆਂ ਚੀਜ਼ਾਂ ਵੀ ਸਿੱਖ ਰਹੇ ਹਾਂ, ਹੈ ਨਾ, ਮਾੜੀਆਂ ਨੂੰ ਛੱਡ ਰਹੇ ਹਾਂ ਹੌਲੀ ਹੌਲੀ, ਅਤੇ ਕੋਸ਼ਿਸ਼ ਇਹੀ ਹੈ ਵੀ ਵਧੀਆ ਚੰਗੇ ਘੈਂਟ ਚੀਜ਼ਾਂ ਕਰੀਏ, ਕੰਮ ਵਧੀਆ ਕਰੀਏ, ਹੈ ਨਾ, ਕੋਈ ਨਾ ਕੋਈ ਇਹੋ ਜਿਹੀ ਛਾਪ ਛੱਡੇ ਜਿਹੜੀ ਮੁੜ ਕੇ ਸਾਰੀ ਜ਼ਿੰਦਗੀ ਯਾਦ ਰੱਖੋ ਤੁਸੀਂ ਸਾਰੇ ਜਣੇ, ਹੈ ਨਾ, ਅਤੇ ਬਸ ਵੀ ਉਹ ਕਹਿੰਦੇ ਮੈਨੇ ਵੀ ਹਿਸਟਰੀ ਮੇਕਿੰਗ 'ਚ ਹੈ, ਅਤੇ ਬਾਬੇ ਜੀ ਇਹ ਮਿਹਰ ਹੀ ਥੋੜ੍ਹਾ ਸਾਰਿਆਂ ਦਾ ਆਸ਼ੀਰਵਾਦ ਰਿਹਾ ਤਾਂ ਤਾਂ ਮੈਂ ਬਹੁਤ ਗ੍ਰੈਂਡ ਕਰ ਦਿਆਂਗੇ। ਇੱਕ ਤਾਂ ਤੁਹਾਨੂੰ ਮੱਝ ਦਿਉਂਗਾ ਖੁਸ਼ਖਬਰੀ ਡਾਲ ਲਈ ਸਾਰਿਆਂ ਨੂੰ, ਅਤੇ ਇੱਕ ਮੈਂ ਤੁਹਾਨੂੰ ਸਿਸਟਮ ਗੱਲਾਂ ਹੀ ਸੀਗੀਆਂ, ਉਹ ਸਿਸਟਮ ਵੀ ਨਹੀਂ ਸੀ ਕੁਛ, ਮੈਂ ਇਹ ਗੱਲ ਕਹਿੰਦਾ ਡਾਰਲਿੰਗ ਵੀ ਮੈਂ ਨਾ ਬੜੀਆਂ ਚੀਜ਼ਾਂ ਦੇਖਦਾ ਹੁੰਦਾ ਯਾਰ, ਕਈ ਵਾਰੀ ਗਾਣਾ ਕੋਈ ਮੇਰੇ ਵਿਰੋਧੀ ਮੈਨੂੰ ਕੋਈ ਸੌ ਕੁਛ ਬੋਲਦੇ ਨੇ ਬੇਫਾਲਤੂ ਦੀ, ਹੈ ਨਾ, ਚਲੋ ਲੀਲੀਆਂ ਫੀਲੀਆਂ ਨੇ ਜੋ ਆਪਾਂ ਕਹਿੰਦੇ, ਹੈ ਨਾ, ਵੀ ਇੱਕੀ ਦੁੱਕੀ ਕਹਿ ਦਿੰਦੇ ਹਾਂ, ਕੁਛ ਵੀ ਕਹਿ ਲਓ, ਹੈ ਨਾ, ਚਲੋ ਜਿਵੇਂ ਵੀ ਆਪਾਂ ਕਹਿੰਦੇ, ਹੈ ਨਾ, ਚਲੋ ਠੀਕ, ਆਪਾਂ ਨੂੰ ਨਹੀਂ ਚੰਗੇ ਲੱਗਦਾ ਕੋਈ, ਠੀਕ, ਆਪਾਂ ਨੂੰ ਪਰਵਾਹ ਵੀ ਕਿਸੇ ਦੀ ਕੋਈ ਨਹੀਂ, ਹੈ ਨਾ, ਦੁੱਕੀ ਦੁੱਕੀ ਪਰਵਾਹ ਨਹੀਂ ਕਹਿ ਰਹੀ, ਹੈ ਨਾ, ਜਮੀ ਮੈਂ ਇਹੀ ਗੱਲ ਡਾਰਲਿੰਗ, ਮੈਂ ਤਾਂ ਇਹ ਚੀਜ਼ ਸਿੱਖ ਗਿਆ, ਤੁਸੀਂ ਇਹ ਚੀਜ਼ਾਂ ਸਿੱਖੋ, ਹੈ ਨਾ, ਜਾਣ ਜਿੰਨੀ ਮੇਰੇ ਭੈਣ ਭਰਾ, ਅਸਲ ਤਾਂ ਤੁਸੀਂ ਮੈਥੋਂ ਵੱਧ ਸਿਆਣੇ, ਮੈਥੋਂ ਵੱਧ ਅਕਲ, ਪਰ ਵੀ ਇਹ ਵੀ ਲੀਰ ਫਕੀਰ ਬੰਦਿਆਂ ਬਾਰੇ ਤੁਸੀਂ ਮਾੜਾ ਚੰਗਾ ਬੋਲੋਗੇ ਡਾਰਲਿੰਗ, ਤਾਂ ਇਹ ਆਪਣੀ ਵੀ ਇਹ ਹੁਣ ਦੁਨੀਆ ਇਹੋ ਜਿਹੀ ਹੈ ਵੀ ਜਿਹਨੂੰ ਜਿਹਨਾਂ ਨੂੰ ਆਪਾਂ ਗਾਲ ਵੀ ਕਰ ਦਿਓ ਨਾ, ਤੁਸੀਂ ਮੰਨ ਲਓ ਵੀ ਤੁਸੀਂ ਕਿਸੇ ਨੂੰ ਲੰਡੋ ਕਹਿਣ ਖਾਤਰ ਵੀ ਕਿਸੇ ਦੇ ਪੇਜ 'ਤੇ ਜਾਂਦੇ ਨਾ, ਉਹ ਇਸ ਚੀਜ਼ ਨੂੰ ਆਪਣੀ ਮਹਾਨਤਾ ਮੰਨਦੇ ਨੇ ਵੀ ਹਾਂ ਸਾਡੇ ਤਾਂ ਬਹੁਤ ਫੋਲੋਅਰ ਬਣ ਗਏ, ਸ਼ਰਮ ਸ਼ਰਮ ਤਾਂ ਇੱਥੇ ਅੱਜ ਕੱਲ੍ਹ ਮੇਰਾ ਭਰਾ ਸਾਰਾ ਪੈਸੇ ਦੇ ਸਿਸਟਮ ਲੱਗਿਆ ਹੋਇਆ, ਇੱਜ਼ਤ ਉੱਜਤ ਦਾ ਇਹਨਾਂ ਨੂੰ ਕੋਈ ਨਹੀਂ ਹੈਗਾ, ਬੇਇੱਜ਼ਤੀ ਦਾ ਕੋਈ ਨਹੀਂ, ਮਾਵਾਂ ਦੀਆਂ ਭੈਣਾਂ ਦੀਆਂ ਗੱਲਾਂ ਕੋਈ ਇਹਨਾਂ ਨੂੰ ਮੈਟਰ ਨਹੀਂ ਕਰਦੀ, ਅੱਜ ਦੇ ਡੇਟ 'ਚ ਮੈਟਰ ਕਰਦਾ ਸਿਰਫ ਪੈਸਾ, ਫੋਲੋਅਰਸ, ਠੀਕ ਹੈ ਨਾ, ਅਤੇ ਡਾਰਲਿੰਗ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਦੇਖੋ ਮੈਂ ਤਾਂ ਮੈਨੂੰ ਆਪਾਂ ਨੂੰ ਦੁੱਖੀ ਪਰਵਾਹ ਨਹੀਂ, ਹੈ ਨਾ, ਇੱਥੇ ਹੁੰਦੇ ਹਾਂ 24 ਘੰਟੇ, ਹੈ ਨਾ, ਠੀਕ ਹੈ ਨਾ, ਵੀ ਕੋਈ ਕਿਸੇ ਦੀ ਪਰਵਾਹ ਨਹੀਂ, ਕਿਆ ਮੇਰਾ ਕਿਆ ਵਿਗਾੜਨਗੇ, ਹੈ ਨਾ, ਮੇਰੇ ਨਹੀਂ ਵਿਗਾੜ ਸਕਦੇ ਆ, ਠੀਕ ਹੈ ਨਾ, ਕੋਈ ਰੌਲਾ ਨਹੀਂ ਆਪਣੇ, ਵੀ ਜੁੱਤੀ ਦੀਆਂ ਨੋਕਾਂ ਵੀ ਨਹੀਂ ਹੈਗੀਆਂ, ਹੈ ਨਾ, ਪਰ ਮੈਂ ਤੁਹਾਨੂੰ ਇਹੀ ਮੈਂ ਕਹਿਣਾ ਹੁੰਦਾ ਮੇਰਾ ਵੀਰ, ਇੱਕ ਤਾਂ ਜਦੋਂ ਆਪਾਂ ਕਿਸੇ ਨੂੰ ਮਾੜਾ ਚੰਗਾ ਬੋਲਦੇ ਹਾਂ ਉਹ ਨੈਗੇਟਿਵਿਟੀ ਦਿੰਦੇ ਆਪਾਂ, ਹੈ ਨਾ, ਸਾਰੇ ਏਰੀਏ 'ਚ, ਸਾਰੇ ਏਰੀਏ 'ਚ, ਹੈ ਨਾ, ਵੀ ਜਦੋਂ ਆਪਾਂ ਹੁਣ ਕਈ ਵਾਰੀ ਮੈਂ ਵੀ ਖਿਜਿਆ ਬੋਲ ਜਾਂਦਾ, ਹੈ ਨਾ, ਆਪਾਂ ਸਾਰੇ ਇਨਸਾਨ ਆ ਆਫਟਰ ਆਲ, ਅਤੇ ਆਪਾਂ ਨੂੰ ਲੱਗਦਾ ਕਈ ਵਾਰੀ ਵੀ ਆਪਾਂ ਬੋਲ ਜਾਂਦੇ, ਹੈ ਨਾ, ਪਰ ਵੀ ਮੈਂ ਤੁਹਾਨੂੰ ਇਹੀ ਚੀਜ਼ ਕਹਿਣਾ ਵੀ ਵੀਰੇ ਕਾਹਦੇ ਖਾਤਰ, ਜਿਹੜੇ ਹਈ ਲੀਰਾਂ ਨੇ ਉਹਨਾਂ ਦਾ ਕਿਆ ਕਰਨਾ, ਹੈ ਨਾ, ਆਪਾਂ ਕੋਈ ਇਸ਼ੂ ਨਹੀਂ ਹੈਗਾ, ਕਿਸੇ ਨੂੰ ਮਾੜਾ ਚੰਗਾ ਨਾ ਮੇਰਾ ਭਰਾ ਬੋਲਿਆ ਕਰੋ, ਕਿਸੇ ਦੇ ਪੇਜ 'ਤੇ ਮੇਮ ਬਣਾ ਕੇ ਪਾਉਣ ਦੀ ਲੋੜ ਨਹੀਂ, ਕੋਈ ਰੌਲੇ ਵਾਲੀ ਗੱਲ ਨਹੀਂ, ਅਤੇ ਜਿਹੜੀਆਂ ਦੁੱਕੀਆਂ ਮੇਮ ਬਣਾ ਬਣਾ ਪਾਉਂਦੀਆਂ ਨੇ ਇਹਨਾਂ ਦੀ ਆਪਦੀ ਕੋਈ ਔਕਾਤ ਨਹੀਂ ਹੁੰਦੀ, ਬਾਕੀ ਜਿੰਨੀ ਗੱਲ ਹੈ ਨਾ, ਜਿਹੜਾ ਇਹ ਮੇਰਾ ਮੇਮ ਬਣਾਉਂਦੇ ਨੇ ਇਹਨਾਂ ਨੂੰ ਕਹਿੰਦੇ ਵੀ ਹਿੰਮਤ ਆ ਬਰਾਬਰ ਅਤੇ ਬਰਾਬਰ ਗਾਣਾ ਕੱਢੋ, ਕੰਮ ਕਰੋ, ਕੰਮ ਦੇ ਵਿੱਚ ਜੋ ਵੀ ਆਪਾਂ ਕਰਦੇ ਹਾਂ, ਹੈ ਨਾ, ਵੀ ਜੋ ਰਿਜ਼ਲਟ ਦੇਣਾ ਕੰਮ 'ਚ ਦਿਓ, ਠੀਕ ਹੈ ਨਾ, ਕਿਸੇ ਨੂੰ ਮਾੜਾ ਚੰਗਾ ਬੋਲ ਕੇ ਜਾਂ ਨੈਗੇਟਿਵਿਟੀ ਕ੍ਰੀਏਟ ਕਰਕੇ ਕਿਸੇ ਬਾਰੇ ਕਿਸੇ ਨੂੰ ਗਾਲਾਂ ਕੱਢੀ ਕਿਸੇ ਦੇ ਪੇਜ 'ਤੇ ਕਿਸੇ ਥੱਲੇ ਕਮੈਂਟਾਂ ਕਰਕੇ, ਇਹ ਕੰਮ ਆਪਾਂ ਨਹੀਂ ਕਰਨਾ ਵੀਰੇ ਹੁਣ ਤੋਂ, ਹੁਣ ਜਿੰਨੇ ਮੇਰੇ ਭੱਜਣ ਮੈਨੂੰ ਭਰਾ ਮੰਨਦੇ ਆ, ਠੀਕ ਹੈ ਨਾ, ਕਿਉਂਕਿ ਜੇ ਇਹਨਾਂ ਨੂੰ ਦੁੱਕੀਆਂ ਨੂੰ ਤੁਸੀਂ ਊਂ ਗਾਲ ਵੀ ਕੱਢਦੇ ਹੋ ਨਾ, ਸਾਲੇ ਉਹਦੇ 'ਚ ਵੀ ਮੰਨਦੇ ਵੀ ਸਾਡੀ ਚੜ੍ਹਾਈ ਹੈ, ਹੈ ਨਾ, ਅਤੇ ਦੁੱਕੀਆਂ ਨੇ ਆਲਵੇਜ਼ ਦੁੱਖੀ ਰਹਿਣਾ, ਹੈ ਨਾ, ਆਪਾਂ ਗਾਲਾਂ ਕਈ ਵਾਰੀ ਆਪਾਂ ਵੀ ਵੀ ਹੁਣ ਤੱਕ ਦਾ ਇਤਿਹਾਸ ਇਹ ਹੈ 2 ਸਾਲਾਂ ਦਾ ਵੀ ਆਪਾਂ ਲੰਡੂ ਕਹਿ ਕੇ ਹੀ ਚੜ੍ਹਾ ਦੇ ਕਈ, ਹੈ ਨਾ, ਵੀ ਸਾਲਿਆ ਤੂੰ ਲੰਡੂਆਂ 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 ਕਹਿ ਕਹਿ ਕੇ ਤਾਂ ਤੱਕ ਲੈ ਗਏ, ਹੈ ਨਾ, ਮੇਰਾ ਭਰਾ, ਪਹਿਲੀ ਗੱਲ ਤਾਂ ਇਹ ਹੈ ਵੀ ਡਾਰਲਿੰਗ ਆਪਣਾ ਕਾਮਯਾਬ, ਇਹ ਬਾਬੇ ਦੀ ਕਿਰਪਾ ਨਾਲ ਹਰੇਕ ਬੰਦੇ ਨੂੰ ਪਰਮਾਤਮਾ ਨੇ ਆਪੋ ਆਪਣਾ ਰਸਤਾ ਦੇਖ ਕੇ ਤੋਰਿਆ ਹੋਇਆ, ਹੈ ਨਾ, ਅਤੇ ਉਹਨੇ ਉਹੀ ਖਾਣਾ ਮੇਰੀ ਕਿਸਮਤ ਦੇ ਵਿੱਚ ਜੋ ਤੋਰਿਆ ਹੋਇਆ, ਹੈ ਨਾ, ਮੇਰੀ ਕਿਸਮਤ ਦੇ ਵਿੱਚ ਪਰਮਾਤਮਾ ਨੇ ਜੋ ਲਿਖਿਆ ਹੋਇਆ ਮੈਂ ਉਹ ਖਾ ਕੇ ਹੀ ਮਰਨਾ, ਖਾ ਕੇ ਹੀ ਮਰਨਾ, ਇਵੇਂ ਸਾਰੀ ਸਾਰਿਆਂ 'ਤੇ ਅਪਲਾਈ ਹੁੰਦੀ ਹੈ, ਤੁਹਾਡੇ 'ਤੇ ਵੀ ਹੁੰਦੀ ਹੈ, ਠੀਕ ਹੈ, ਨਾ ਤਾਂ ਕੋਈ ਐਡਾ ਕੋਈ ਘੈਂਟ ਹੈਗਾ ਵੀ ਕੋਈ ਕਿਸੇ ਦਾ ਖਾਉਣ ਖੋਲੂਗਾ, ਹੈ ਨਾ, ਨਾ ਕਿਸੇ ਦੇ ਕੋਈ ਬਰਾਬਰ ਆਪਣੇ ਗਾਣੇ ਛੱਡ ਕੇ ਜਾਂ ਕਿਆ ਕਿਸੇ ਦੀ ਕੋਈ ਘਬਰਾਹਟ ਨਹੀਂ ਡਾਰਲਿੰਗ, ਹੈ ਨਾ, ਆਪਾਂ ਤਾਂ ਠੇਕ ਠੋਕ ਕੇ ਕਰੀਦਾ ਜੋ ਕਰੀਦਾ, ਕੋਈ ਦਿੱਕਤ ਨਹੀਂ, ਪਰ ਮੇਰਾ ਵੀਰ ਇੱਕੋ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਭਰਾਵਾਂ ਨੂੰ ਕਹਿੰਦਾ ਵੀ ਸਾਰੇ ਇੱਕੋ ਜਿਹਾ ਡਾਰਲਿੰਗ, ਜੇ ਆਪਾਂ ਕਿਸੇ ਬਾਰੇ ਮਾੜਾ ਜਾਂ ਇੱਕੋ ਹੀ ਸ਼ਬਦ ਨੈਗੇਟਿਵਿਟੀ 'ਚ ਲੈ ਕੇ ਜਾਂਦੇ ਨਾ ਜਾਣ, ਉਹ ਆਪਣੇ ਲਈ ਮਾੜਾ, ਠੀਕ ਹੈ ਨਾ,
ਉਹਨਾਂ ਦਾ ਕੁਛ ਨਹੀਂ ਹੁੰਦਾ, ਉਹ ਤਾਂ ਭਾਲ ਦਿਨ ਤਾਂ ਸਾਲੇ ਚੜ੍ਹਾਈ ਮਾਰਦੇ, ਮੇਰੇ ਫੋਲਦਰ ਵਧੇ, ਦੇਖ ਮੈਂ ਸਿੱਧੂ ਨਾਲ ਲੜਿਆ, ਮੇਰੇ ਫੋਲਦਰ ਵਧੇ, ਹੈ ਨਾ। ਆਹ ਚੀਜ਼ 'ਚ ਹੈ ਨਾ ਜਾਨ, ਮੈਂ ਉਹੀ ਕਹਿਣਾ ਵੀ ਡਾਰਲਿੰਗ ਸਾਰਿਆਂ ਕੋਲ ਤੁਹਾਡੇ ਕੋਲ ਬਹੁਤ ਕੀਮਤੀ ਟਾਈਮ ਆ, ਆ ਜੋ ਅਸੀਂ ਮੈਂ ਕਰ ਰਿਹਾ ਗਾਣੇ ਗੁਣੇ ਕਰ ਰਿਹਾ ਜਾਨ, ਇਹ ਤੁਹਾਡਾ ਇੰਟਰਟੇਨਮੈਂਟ ਹੈ, ਇੰਟਰਟੇਨਮੈਂਟ ਕਰੋ ਜੋ ਵੀ ਕਰਦੇ ਹੋ ਨਾ, ਨਜ਼ਾਰੇ ਲਓ ਜੀ ਜ਼ਿੰਦਗੀ ਦੇ, ਹੈ। ਪਰ ਦੁੱਕੀਆਂ ਵਾਸਤੇ ਆਪਾਂ ਹੈਗੇ ਹਾਂ, ਕੋਈ ਰੌਲਾ ਨਹੀਂ, ਹੈ ਨਾ, ਆਪਣਾ ਕੰਮ ਹੈਗਾ, ਠੀਕ ਹੈ ਨਾ। ਇੱਕ ਸ਼ਬਦ ਬੋਲਿਆ ਹੋਇਆ ਵੀ ਇਹਨਾਂ ਨੂੰ ਚੜ੍ਹਾਈ ਦਿੰਦਾ ਤੁਹਾਡਾ, ਹੈ ਨਾ, ਗਾਲ ਗੂਲ ਵੀ ਨਹੀਂ ਕੱਢਣੀ, ਕਿਉਂਕਿ ਸਾਡੇ ਗਲ ਨੂੰ ਵੀ ਇੱਜ਼ਤ ਮੰਨਦੇ ਨੇ, ਠੀਕ ਹੈ ਨਾ। ਦੂਜੀ ਗੱਲ ਵੀ ਕਿਸੇ ਨੂੰ ਇਹ ਹੈ ਵੀ ਵਹਿਮ ਕੱਢਦੇ ਹਾਂ ਕਿ ਵਹਿਮ ਕੱਢਣ ਨੂੰ ਇੱਥੇ ਬੈਠੇ ਹਾਂ, ਠੀਕ ਹੈ ਨਾ, ਕੋਈ ਰੌਲਾ ਨਹੀਂ ਸਾਡੇ ਨਾਲ ਗੱਲ ਕਰਨੀ, ਜਿਹਨੇ ਵਹਿਮ ਕੱਢਣਾ ਜੋ ਕਰਨਾ, ਹੈ ਨਾ, ਐਡੇ ਘੈਂਟ ਨੇ ਜਿਹੜੇ, ਕੋਈ ਇਸ਼ੂ ਵਾਲੀ ਗੱਲ ਨਹੀਂ, ਠੀਕ ਹੈ। ਮਿਊਜ਼ਿਕ ਕਰਨਾ ਆ ਜਾਓ, ਮਿਊਜ਼ਿਕ ਕਰੀ ਜਾਂਦੇ, ਮੈਂ ਵੀ ਆਪਦਾ ਕਰੀ ਜਾਂਦਾ, ਤੁਸੀਂ ਵੀ ਕਰੀ ਜਾਂਦਾ, ਕੱਢੋ ਉਸ ਚੀਜ਼ ਦੇ ਵਿੱਚ, ਹੈ ਨਾ, ਠੀਕ ਹੈ ਨਾ। ਅਤੇ ਦੂਜੀ ਗੱਲ, ਹੈ ਨਾ, ਕਿ ਇਹੀ ਨਿਬੇੜਦੇ ਹਾਂ, ਪਹਿਲਾਂ ਮੈਂ ਇਹੀ ਨਿਬੇੜਦਾ। ਦੂਜੀ ਗੱਲ ਵੀਰੇ, ਮੈਂ ਕੱਲ੍ਹ ਪਰਸੋਂ ਦੇਖ ਰਿਹਾ ਸੀ ਵੀ ਕੰਟਰੋਵਰਸੀ, ਮੈਂ ਨਾ ਬਾਈ ਕਈ ਦਿਨ ਹੋ ਗਏ, ਮੈਂ ਪੋਸਟ ਵੀ ਪਾ ਕੇ ਹਟਿਆ ਵੀ ਚਲ ਜੋ ਵੀ ਕੁਛ ਹੋਈ ਜਾਂਦਾ, ਹੈ ਨਾ, ਵੀ ਚੱਲ ਯਾਰ ਮੈਂ ਦੇਖੀ ਜਾਂਦਾ ਹੁੰਦਾ ਵੀ ਕੀ ਸਾਲਾ, ਹੈ ਨਾ, ਕਿ ਉਹ ਮੈਂ ਕਰ ਦੂੰ ਜੀ, ਮੋਹ ਕਰ ਦੂੰ, ਕੋਈ ਰੌਲੇ ਵਾਲੀ ਗੱਲ ਨਹੀਂ, ਠੀਕ ਹੈ ਨਾ। ਆਪਣਾ ਆਪਣੀ ਕਹਿੰਦੇ ਹੁੰਦੇ ਚੁੱਪ ਬਹੁਤ ਕੁਛ ਜਵਾਬ ਦੇ ਦਿੰਦੀ ਹੈ ਹਮੇਸ਼ਾ, ਹੈ ਨਾ, ਚੁੱਪ ਰਹਿਣਾ ਡਾਰਲਿੰਗ, ਹੈ ਨਾ। ਮੈਂ ਤਾਂ ਇਹ ਚੀਜ਼ ਸਿੱਖ ਲਈ ਵੀ ਚੁੱਪ ਰਹਿਣਾ, ਠੀਕ ਹੈ ਨਾ, ਵੱਧ ਤੋਂ ਘੱਟ ਕਿਸੇ ਨੂੰ ਬੋਲਣਾ ਨਹੀਂ, ਉਹਦਾ ਕੰਮ ਤੱਕ ਮਤਲਬ ਰੱਖੋ, ਠੀਕ ਹੈ। ਮੈਂ ਤੈਨੂੰ ਕੀ ਕਹਿੰਦੇ ਹੁੰਦੇ ਥੋੜ੍ਹਾ ਟਾਈਮ ਦਾ ਚੁੱਪ ਹੋਇਆ, ਗਾਣੇ ਚੱਲਣ ਵਾਲੇ ਜਾਂਦੇ ਲੋਕਾਂ ਦੇ, ਹੈ ਨਾ, ਸਿਸਟਮ ਵੀ ਆਪਾਂ ਕਦੇ ਵੀ ਡਾਰਲਿੰਗ, ਹੈ ਨਾ। ਮੈਂ ਇਹ ਨਹੀਂ ਕਹਿੰਦਾ ਵੀ ਯਾਰ ਮੈਂ ਕਿਸੇ ਨੂੰ ਮੇਰੇ ਸਿਰੋਂ ਕਿਸੇ ਦੀ ਰੋਟੀ ਚੱਲ ਵੀ ਸਿਸਟਮ ਚੱਲ ਰਿਹਾ ਵੀ ਜਾਂ, ਹੈ ਨਾ, ਠੀਕ ਹੈ ਨਾ, ਉਹ ਸਾਰਿਆਂ ਨੂੰ ਪਤਾ ਵੀ ਕੌਣ ਕਿਆ ਕਰ ਰਿਹਾ ਕਿਸੇ 'ਚ, ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ, ਹੈ ਨਾ। ਮੈਂ ਹੁਣ ਬਾਜੂ ਬਾਜੂ ਉਹੀ ਗੱਲਾਂ ਰਿਪੀਟ ਕਰੀ ਜਾਵਾਂ, ਪਰ ਆਪਾਂ ਇਹ ਵੀ ਨਹੀਂ ਕਹਿ ਰਹੇ ਵੀ ਆਪਾਂ ਬਹੁਤ ਘੈਂਟ ਆ, ਪਰ ਇਹ ਗੱਲ ਹੈ ਵੀ ਆਪਦੇ ਕੰਮ ਤੱਕ ਖਬਰ ਰੱਖੋ, ਹੈ ਨਾ, ਸਾਰੇ ਰੱਖਦੇ ਨੇ, ਆਪਾਂ ਵੀ ਰੱਖ ਰਹੇ ਹਾਂ, ਠੀਕ ਹੈ ਨਾ, ਤਾਂ ਮਜ਼ਾ ਮਨਾ। ਦੂਜੀ ਗੱਲ ਇਹ ਹੈ ਵੀ ਜਿਹੜੇ ਕਹਿ ਰਹੇ ਨੇ ਵੀ ਅਸੀਂ ਐਂ ਕਹਿੰਦੇ ਮੇਰੀਆਂ ਵੀਡੀਓ ਜਾਂ ਬਣਾ ਬਣਾ ਕੇ ਪਾ ਰਹੇ ਆ ਜਿਹੜੇ ਸਿਸਟਮ, ਹੈ ਨਾ, ਕੋਈ ਡੱਕਾ ਪਰਵਾਹ ਨਹੀਂ, ਜਿੰਨੀਆਂ ਪੈਨੀਆਂ ਉੰਨੀਆਂ ਪਾ ਲਓ, ਕਦੇ 7500 ਹੋਰ ਪਾ ਲਓ, ਗਿੱਧਾ ਮੈਂ ਉਵੇਂ ਪਾਓ, ਠੀਕ ਹੈ ਨਾ, ਕੋਈ ਰੌਲੇ ਵਾਲੀ ਗੱਲ ਨਹੀਂ। ਗਾਣੇ ਤੁਹਾਡੇ ਤੋਂ ਰੁਕ ਰਿਹਾ, ਤੁਹਾਡੇ ਵਾਲਿਆਂ ਨੂੰ ਕਹਿ ਦਿਓ ਵੀ ਆ ਜਾਓ ਜੀ ਨੇ ਆਉਣਾ, ਠੀਕ ਹੈ ਨਾ, ਕੋਈ ਰੌਲੇ ਵਾਲੀ ਗੱਲ ਨਹੀਂ, ਇਹ ਦਿੱਕਤ ਨਹੀਂ। ਮਿਊਜ਼ਿਕ ਹੈ ਜਾਣ, ਮਿਊਜ਼ਿਕ ਨੂੰ ਮਿਊਜ਼ਿਕ ਤਰੀਕੇ ਨਾਲ ਸੁਣੋ, ਠੀਕ ਹੈ ਨਾ, ਵੀ ਨੈਗੇਟਿਵਿਟੀ ਨਹੀਂ ਆਪਾਂ ਗ੍ਰੈਂਟ ਕਰਨੀ, ਸਿਸਟਮ ਘੈਂਟ ਰੱਖੋ, ਤਾਂ ਮਜ਼ਾ ਮਾ। ਪੰਜਾਬੀ ਮਿਊਜ਼ਿਕ ਆ ਡਾਰਲਿੰਗ, ਬੜੇ ਮਾਣ ਦੀ ਗੱਲ ਆ ਸਾਡੇ ਸਾਰਿਆਂ ਵਾਸਤੇ, ਠੀਕ ਹੈ, ਮੇਰੇ ਵਾਸਤੇ ਲਾ ਲਓ, ਹੈ ਨਾ, ਜਿਨ੍ਹਾਂ ਨੂੰ ਮੈਂ ਸੁਣਿਆ ਉਹਨਾਂ ਵਾਸਤੇ ਡਾਰਲਿੰਗ, ਅੱਜ ਆਪਣਾ ਮਿਊਜ਼ਿਕ ਦੇ ਉੱਤੇ ਇੰਟਰਨੈਸ਼ਨਲੀ ਵਾਚ ਹੋ ਰਹੀ ਹੈ ਪੰਜਾਬੀ ਮਿਊਜ਼ਿਕ 'ਤੇ। ਸਭ ਤੋਂ ਵੱਡੀ ਗੱਲ ਇਹ ਹੈ, ਛੋਟੀਆਂ ਮੋਟੀਆਂ ਗੱਲਾਂ ਨੂੰ ਆ, ਦੁੱਖੀਆਂ ਨੂੰ ਛੱਡ ਕੇ, ਲੀਰਾਂ ਨੂੰ ਛੱਡ ਕੇ, ਜਿਹਨਾਂ ਨੂੰ ਇਹ ਲੱਗਦਾ ਵੀ ਕਹਿੰਦੇ ਹੁੰਦੇ ਨਾ ਵੀ ਕਹਿੰਦੇ ਵੀ ਪਾਣੀ 'ਤੇ, ਕਹਿੰਦਾ ਵੀ ਕੋਈ ਬੰਦਾ ਪਾਣੀ ਤੁਰਿਆ ਜਾਂਦਾ ਸੀ, ਅੱਗੇ ਅੱਗੇ ਉਹ ਗੱਲ ਇਹਨਾਂ ਦੀ ਕਿ ਪਾਣੀ 'ਤੇ ਕਿਸੇ ਤਾਂ ਤੁਰ ਜਾਂਦੇ, ਇਹਨੂੰ ਤੈਰਨਾ ਨਹੀਂ ਹੁੰਦਾ, ਹੈ ਨਾ, ਉਹ ਗੱਲ ਹੈ ਡਾਰਲਿੰਗ। ਸਭ ਤੋਂ ਵੱਡੀ ਚੀਜ਼ ਆਪਣੇ ਸਾਰਿਆਂ ਵਾਸਤੇ, ਮੇਰੇ ਸੁਣਨ ਵਾਲਿਆਂ ਵਾਸਤੇ, ਮੇਰੇ ਚਾਹੁਣ ਵਾਲਿਆਂ ਵਾਸਤੇ, ਜਿੰਨੇ ਮੇਰੇ ਭੈਣ ਭਾਈ ਨੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਵਾਸਤੇ, ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਡਾਰਲਿੰਗ ਵੀ ਆਪਣਾ ਜਿਹੜਾ ਪੰਜਾਬੀ ਮਿਊਜ਼ਿਕ ਇੰਟਰਨੈਸ਼ਨਲੀ ਹਿੱਟ ਕਰ ਰਿਹਾ ਸਾਰੇ ਪਾਸੇ, ਠੀਕ ਹੈ ਨਾ। ਅੱਜ ਆਪਣਾ ਯੂਟਿਊਬ ਚੈਨਲ ਸਿੱਧੂ ਮੂਸੇਵਾਲਾ ਯੂਟਿਊਬ ਚੈਨਲ ਸੋਨੀ ਮਿਊਜ਼ਿਕ ਇੰਡੀਆ ਨੂੰ ਕੱਟ ਕਰਕੇ ਨੰਬਰ 1 'ਤੇ ਗਿਆ, ਮੋਸਟ ਕੁਐਂਟਡ ਚੈਨਲ ਔਨ ਇਨ ਦਾ ਇੰਡੀਆ, ਨੰਬਰ 1 ਸਿੱਧੂ ਮੂਸੇਵਾਲਾ ਚੈਨਲ, ਹੈ ਨਾ ਡਾਰਲਿੰਗ। ਵੀ ਘੈਂਟ ਵੀ ਆਹ ਚੀਜ਼ਾਂ ਦੇਖੋ ਡਾਰਲਿੰਗ, ਹੈ ਨਾ, ਸਾਰੀਆਂ ਤੁਸੀਂ ਇੰਨਾ ਪਿਆਰ ਦਿੱਤਾ ਇੱਕ ਗਾਣੇ ਨੂੰ, ਹੈ ਨਾ ਡਾਰਲਿੰਗ, ਅਤੇ ਸਾਰਾ ਕੁਛ ਕਿੰਨਾ ਵਧੀਆ ਹੋ ਗਿਆ, ਸਾਰਾ ਕੁਛ ਇੰਨਾ ਸਿਸਟਮ ਸਹੀ ਹੈ ਵੀ ਸਾਰੇ ਚੀਜ਼ ਨੂੰ ਜਾਣ ਪੋਜ਼ੀਟਿਵਿਟੀ ਲਿਆ ਕਰੋ, ਹੈ ਨਾ। ਮੈਂ ਸਾਰਿਆਂ ਨੂੰ ਜਿੰਨੇ ਵੀ ਉੱਦਾਂ ਨਹੀਂ ਕਿਸੇ ਨੂੰ ਕਹਿ ਰਿਹਾ, ਕੋਈ ਕਿਸੇ ਨੂੰ ਠੋਕਰ ਨਹੀਂ ਕਰ ਰਿਹਾ, ਵੀ ਆਪਾਂ ਸਾਰੇ ਆਪਾਂ ਕਹਿ ਰਹੇ ਪੰਜਾਬੀ ਸੱਭਿਆਚਾਰ ਡਾਰਲਿੰਗ, ਸੱਭਿਆਚਾਰ ਦਾ ਵੈਲੂਏਸ਼ਨ ਦੇ ਕਿਤੇ ਤੱਕ ਹੋ ਰਿਹਾ, ਹੈ ਨਾ, ਠੀਕ ਹੈ। ਚਲੋ ਇਹ ਨਹੀਂ ਕਹਿੰਦੇ ਵੀ ਸਾਰੇ ਪਾਸੇ ਸਹੀ ਹਾਂ, ਕਿਸੇ ਪਾਸੇ ਅਸੀਂ ਗਲਤ ਵੀ ਹੋ ਸਕਦੇ ਹਾਂ, ਪਰ ਤੁਸੀਂ ਦੇਖੋ ਪੰਜਾਬੀ ਮਿਊਜ਼ਿਕ ਇੰਟਰਨੈਸ਼ਨਲੀ ਜਾ ਰਿਹਾ, ਠੀਕ ਹੈ ਨਾ, ਜਿੱਥੇ ਲੋਕਾਂ ਨੇ ਅੱਜ ਮੈਨੂੰ ਲੱਗਦਾ
ਆਪਣਾ 1 ਮਿਲੀਅਨ ਕਮੈਂਟ ਹੋਇਆ ਯੂਟਿਊਬ 'ਤੇ, ਤੁਸੀਂ ਇੰਨਾ ਸਾਰਿਆਂ ਨੇ ਪਿਆਰ ਦਿਖਾਇਆ, ਮੈਂ ਤੁਹਾਨੂੰ ਹਜੇ ਕਿਹਾ ਵੀ ਨਹੀਂ ਸੀਗਾ ਵੀ ਚਲੋ ਕਮੈਂਟ ਕਰ ਦਿਉ, ਕਿਉਂਕਿ ਸਾਲੇ ਨੂੰ ਇਹਦੇ ਗੱਲ 'ਤੇ ਵੀ ਅਲਰਜੀ ਹੁੰਦੀ ਹੋਈ, ਉਹਦਾ ਫਲਾਨਾ ਕਰ ਲਿਆ, ਧਮਕਾ ਕਰ ਲਿਆ, ਹੈ ਨਾ। ਮੈਨੂੰ ਯਾਰ ਠੀਕ ਹੈ, ਮੈਨੂੰ ਨਾ ਵੀ ਕਦੇ ਕਦੇ ਐਂ ਲੱਗਦਾ ਹੁੰਦਾ ਵੀ ਯਾਰ ਕੀ, ਹੈ ਨਾ, ਵੀ ਨਾ ਲੀਲੀਆਂ ਫੀਲੀਆਂ, ਨਾ ਪਲੇਅਰਾਂ 'ਚ, ਨਾ ਸਾਲੇ ਸਪੇਅਰਾਂ 'ਚ, ਨਾ ਦੁੱਕੀਆਂ ਤਿੱਕੀਆਂ, ਹੈ ਨਾ, ਐਵੇਂ ਬੋਲੀਆਂ ਨਹੀਂ, ਮੈਨੂੰ ਵੀ ਲੱਗਦਾ ਹੁੰਦਾ। ਫਿਰ ਆਪਾਂ ਕਹਿੰਦੇ ਹੁੰਦਾ ਵੀ ਕੋਈ ਨਹੀਂ ਖੇਡੋ, ਠੀਕ ਹੈ ਨਾ, ਕੋਈ ਇਸ਼ੂ ਵਾਲੀ ਗੱਲ ਨਹੀਂ। ਪਰ ਵੀ ਤੁਸੀਂ ਇਹ ਦੇਖੋ ਡਾਰਲਿੰਗ ਵੀ ਮਿਊਜ਼ਿਕ ਗਲੋਬਲੀ ਕਿੱਥੇ ਜਾ ਰਿਹਾ, ਪੰਜਾਬੀ ਮਿਊਜ਼ਿਕ ਕਿੱਥੇ ਤੱਕ ਜਾਈ ਜਾਂਦਾ ਡਾਰਲਿੰਗ, ਕਿੰਨੇ ਕਾਲੇ ਗੋਰੇ ਸੁਣੀ ਜਾਂਦੇ ਸਾਡੀ ਮਿਊਜ਼ਿਕ ਨੂੰ। ਇੰਡੀਆ ਦੀ ਕਿੰਨੀ ਆਬਾਦੀ ਆ ਡਾਰਲਿੰਗ, ਇੰਡੀਆ ਦੀ ਆਬਾਦੀ ਦੇ ਉੱਤੋਂ ਇੱਕ ਪੰਜਾਬੀ ਦਾ ਗਾਣਾ ਭੈਣ ਚੋਂ ਕ੍ਰੋਸ ਕਰਕੇ ਕਿੱਥੇ ਜਾ ਰਿਹਾ, ਸਮਝ ਲਓ ਨਾ ਡਾਰਲਿੰਗ। ਵੀ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਖੁਸ਼ ਹੋਇਆ ਕਰੋ, ਬਾਕੀ ਇਹਨਾਂ ਚੀਜ਼ਾਂ ਦੀ ਦੇਖ, ਕੋਈ ਵੀ ਹੈ, ਕੋਈ ਵੀ ਵੱਡੀ, ਆਪਾਂ ਤਾਂ ਬਹੁਤ ਨੋਰਮਲ ਇਨਸਾਨ ਹੈ, ਮੇਰੇ 'ਚ ਤਾਂ ਮੈਂ ਕਹਿੰਦਾ ਵੀ 1000 ਕਮੀ ਹੋਊਗੀ, ਹੈ ਨਾ। ਇਹ ਦੁਨੀਆ ਦਾ ਇਹੋ ਜਿਹਾ ਵੀ ਸਿਸਟਮ ਸਾਲਾ, ਬਾਬੇ ਨਾਨਕ ਵਰਗੀਆਂ ਕਿੱਡੀਆਂ ਕਿੱਡੀਆਂ ਸ਼ਖਸੀਅਤਾਂ ਹੋਈਆਂ, ਉਹਨਾਂ ਦੇ ਵੱਟੇ ਮਾਰੇ ਨੇ ਇਹਨਾਂ ਨੇ, ਹੈ ਨਾ। ਆਪਾਂ ਤਾਂ ਜਮੀ ਬਿਓਸਾ ਹੋ ਜਾਣਾ, ਉਹਨਾਂ ਦੇ ਪੈਰ ਵਰਗੇ ਵੀ ਨਹੀਂ ਹੈਗੀਆਂ। ਅਤੇ ਬਹੁਤ ਘੈਂਟ ਡਾਰਲਿੰਗ, ਜਿਉਂਦੇ ਵੱਸਦੇ ਰਹੋ ਭੈਣ ਚੋ। ਉਹ ਉਸਤਾਦ ਨਿਕਲ ਜਾਂਦੀ ਹੈ ਗੱਲ, ਅਸੀਂ ਕਿਹੜਾ ਵੀ ਬਹੁਤ ਸੰਤ ਮਹਾਨ ਪੁਰਸ਼ ਹਾਂ, ਸਾਡੇ ਤਾਂ ਆਪ ਮੂੰਹ 'ਚ ਮੈਂ ਤਾਂ 1000 ਗੱਲ ਕਰਦਾ ਦਿਨ 'ਚ, ਮੇਰੇ ਇੱਥੇ ਕੰਟਰੋਲ ਕਰਨਾ ਪੈਂਦਾ ਮੈਨੂੰ। ਅਤੇ ਪੰਜਾਬੀ ਲੈਂਗੁਏਜ 'ਚ ਹੀ ਆ ਭਰਾ, ਹੁਣ ਕੀ ਕਰੀਏ। ਅਤੇ ਦੂਜੀ ਗੱਲ ਡਾਰਲਿੰਗ, ਪਹਿਲਾਂ ਤਾਂ ਮੈਂ ਤੁਹਾਡਾ ਵਾਲਾ ਵਾਲਾ ਸ਼ੁਕਰੀਆ ਕਰਦਾ, ਦੂਜੀ ਗੱਲ ਮੇਰੇ ਭਰਾਵਾਂ ਨੂੰ ਮੈਂ ਇਹ ਬੇਨਤੀ ਕੀਤੀ ਸੀ ਕਿ ਵੀ ਜਿਹੜੀਆਂ ਦੁੱਕੀਆਂ ਤਿੱਕੀਆਂ ਦਾ ਧਿਆਨ ਨਾ ਕਰਿਆ ਕਰੋ ਡਾਰਲਿੰਗ, ਕੋਈ ਮਾੜਾ ਚੰਗਾ ਬੋਲਦਾ ਨਾ, ਉਹਨਾਂ ਲਈ ਆਪਦੇ ਲਈ ਮਾੜਾ, ਹੈ ਨਾ। ਅਤੇ ਇਹ ਊਂ ਉਹ ਕਹਿੰਦੇ ਹੁੰਦੇ ਨਾ, ਦੂਰੋਂ ਖੜ੍ਹ ਕੇ ਭੌਂਕਣ ਵਾਲੇ ਹੁੰਦੇ ਨੇ ਉਹ ਨੇ, ਠੀਕ ਹੈ ਨਾ। ਜਦੋਂ ਇੱਥੇ ਨੇੜੇ ਤੇੜੇ ਹੁੰਦੇ ਉਹਨੂੰ ਕੋਈ ਫਰਕ ਤਾਂ ਵੀ ਨਹੀਂ ਹੁੰਦਾ, ਕੋਈ ਇਸ਼ੂ ਨਹੀਂ, ਜਮੀਂ ਘਬਰਾਉਣ ਦੀ ਲੋੜ ਨਹੀਂ, ਠੀਕ ਹੈ ਨਾ। ਕਹਿੰਦੇ ਹੁੰਦੇ ਨਾ ਇੱਕ ਸਮਾਈਲ ਬਹੁਤ ਹੁੰਦੀ ਹੈ ਤੁਹਾਡੀ ਪਰੀ ਕਰਨ ਲਈ ਸਾਰਿਆਂ ਨੂੰ, ਹੈ ਨਾ। ਤਾਮਾ ਜਾਮਾ ਗ੍ਰੈਂਡ ਆਪਣਾ, ਸਭ ਨੂੰ ਦਿਖ ਰਿਹਾ, ਠੀਕ ਹੈ ਨਾ, ਸਾਰੀ ਦੁਨੀਆ ਨੂੰ ਦਿਖ ਰਿਹਾ, ਕੌਣ ਕਿਹਦੇ ਵਿੱਚ ਕਿੱਦੀ ਹੈ ਜੇ ਕਹਿੰਦੇ ਨੇ ਆ ਕੇ, ਕੋਈ ਰੌਲੇ ਵਾਲੀ ਗੱਲ ਨਹੀਂ ਡਾਰਲਿੰਗ, ਘਬਰਾਹਟ ਹੀ ਕੋਈ ਨਹੀਂ ਕਿਸੇ ਦੀ, ਠੀਕ ਹੈ ਨਾ। ਵੀ ਵਾਹਿਗੁਰੂ ਸੱਚੇ ਪਾਤਸ਼ਾਹ ਨੇਗਾ ਤੁਹਾਡੇ ਇੰਨਾ ਸਾਰਿਆਂ ਦਾ ਪਿਆਰ ਆ। ਅਤੇ ਅੱਜ ਮੈਨੂੰ ਬਹੁਤ ਖੁਸ਼ੀ ਹੈ, ਜਾਨ ਨੰਬਰ 1 ਯੂਟਿਊਬ ਚੈਨਲ ਹੋਇਆ ਆਪਣਾ, ਮੋਸਟ ਕਮੈਂਟਡ ਯੂਟਿਊਬ ਚੈਨਲ, ਹੈ ਨਾ। ਦੂਜੀ ਗੱਲ ਇਹ ਡਾਰਲਿੰਗ, ਦੂਜੀ ਗੱਲ ਇਹ ਆ, ਗਲੋਬਲੀ ਆਪਣਾ ਮਿਊਜ਼ਿਕ ਬਹੁਤ ਘੈਂਟ ਜਾ ਰਿਹਾ ਡਾਰਲਿੰਗ, ਬਹੁਤ ਦੂਰ ਦੂਰ ਤੱਕ ਮਿਊਜ਼ਿਕ ਪਹੁੰਚ ਰਿਹਾ, ਤੁਹਾਡੇ ਸਾਰਿਆਂ ਦੀਆਂ ਦੁਆਵਾਂ ਕਰਕੇ, ਠੀਕ ਹੈ। ਤੀਜੀ ਗੱਲ ਇਹ ਹੈ ਡਾਰਲਿੰਗ, ਹੁਣ ਤੁਹਾਨੂੰ ਖੁਸ਼ਖਬਰੀ ਸੁਣਾਵਾਂ, ਜਿਹੜੀ ਮੈਂ ਖੁਸ਼ਖਬਰੀ ਕਹਿੰਦਾ ਸੀ ਡਾਰਲਿੰਗ। ਹੁਣ ਤਾਂ ਜਾਨ ਦੇਖੋ ਤੁਸੀਂ, ਮੈਂ ਪਿਛਲੇ ਸਾਲ 24 ਮਾਰਚ 2019 ਨੂੰ ਨਾ ਆਪਣਾ ਯੂਟਿਊਬ ਚੈਨਲ ਤੇਰੀ ਸਮਾਈਲ ਵੀ ਘੈਂਟ ਆ ਦੰਦਾਂ ਵਾਲੀ ਉਸਤਾਦ, ਕੋਈ ਨਹੀਂ ਉਸਤਾਦ, ਸ਼ਕਲਾਂ ਸਾਰਿਆਂ ਨੇ ਇੱਕੋ ਜਿਹੀਆਂ ਹੁੰਦੀਆਂ, ਤੇਰੀ ਬਾਹਲੀ ਸੋਹਣੀ ਸ਼ਕਲ ਆ ਤੂੰ ਚਲਾ ਲਾ ਉਸਤਾਦ, ਸਾਡੀਆਂ ਤਾਂ ਅਸੀਂ ਤਾਂ ਮਾੜੀਆਂ ਚੰਗੀਆਂ ਸ਼ਕਲਾਂ ਨਾਲ ਹੀ ਆਏ ਹਾਂ, ਇਹੋ ਜਿਹੀ ਸ਼ਕਲ ਰਹੋ, ਤੂੰ ਬਜ਼ਾਰਾ ਜਿਹੜੀ ਕਟਰੀਨਾ ਕੈਬ ਆਉਣੀ ਆ ਭਰਾਵਾ, ਤਾਂ ਇਹੋ ਜਿਹੀਆਂ, ਠੀਕ ਹੈ ਨਾ, ਸ਼ਕਲਾਂ ਨਾਲ ਇਹੋ ਜਿਹੇ ਲੰਡੂ ਹੁੰਦੇ ਨੇ ਦੋ ਤਿੰਨ, ਦੁੱਖੀਆਂ ਕੀ ਨਾਂ ਇਹਦਾ, ਖੜ੍ਹ ਜਾ ਮੈਂ ਤੁਹਾਨੂੰ ਦੱਸਦਾ, ਇੱਕ ਮਿੰਟ ਖੜ੍ਹ ਜਾ, ਇੱਥੇ ਜਵਾ ਗਿਆ, ਸੋਰੀ ਵੀਰੇ, ਖੜ੍ਹ ਜਾਓ, ਲਵੀ ਸਮਾਣਾ ਕੰਜਰ ਦੇ ਐਨਕਾਂ ਦਾ ਤੂੰ ਐਂ ਲਾ ਰੱਖੇ ਜੇ ਮਿੰਨੀ ਬਸ ਦੇ ਸ਼ੀਸੇ ਲਾਏ ਹੁੰਦੇ ਨੇ, ਗੱਲਾਂ ਕਰ ਸਾਡੀਆਂ ਭਰਾ ਜੀ, ਆਪਦੀ ਸ਼ਕਲ ਜਿੰਨੀ ਕੁ ਸਾਡੀ ਸ਼ਕਲ ਹੈਗੀ ਅਸੀਂ ਉਨਾ ਕੁ ਕੰਮ ਕਰ ਲਿਆ, ਤੂੰ ਆਪਦਾ ਕੰਮ ਕਰ, ਠੀਕ ਹੈ ਨਾ ਤਾਮਜਾਮ। ਦੂਜੀ ਗੱਲ ਡਾਰਲਿੰਗ, ਹਾਂ ਮੈਂ ਯਾਰ ਭੁੱਲ ਗਿਆ ਕੀ ਕਹਿੰਦੇ ਹੁੰਦੇ ਸਿਸਟਮ ਆ, ਜਿਹੜੀ ਮੈਂ ਤੁਹਾਨੂੰ ਖੁਸ਼ਖਬਰੀ ਦੇਣੀ ਸੀ ਬਾਈ, ਉਹ ਯਾਰ ਹੋ ਜਾਂਦਾ ਕਰੇ ਡਾਰਲਿੰਗ, ਪਤਾ ਕੀ ਵੀ ਧਿਆਨ ਮੈਂ ਹੋ ਜਾਂਦਾ, ਜਦੋਂ ਕੋਈ ਦੁੱਕੀ ਬੰਦਾ ਆ ਜਾਂਦਾ ਨਾ ਮੂਹਰੇ, ਫਿਰ ਖਿੱਚ ਚੜ੍ਹ ਜਾਂਦੀ ਹੈ। ਉਹ ਮੈਂ ਕਹਿ ਰਿਹਾ ਸੀਗਾ, ਹਾਂ ਡਾਰਲਿੰਗ, ਆਪਾਂ ਪਿਛਲੇ ਸਾਲ 24 ਮਾਰਚ 2019 ਨੂੰ ਚੈਨਲ ਸਟਾਰਟ ਕੀਤਾ ਸੀ, ਹੈ ਨਾ। ਅਤੇ ਇੱਥੇ ਜਿਹੜੇ ਬਹੁਤ ਘੈਂਟ ਬਣਦੇ ਆ ਲੇਬਲਾਂ ਲੂਬਲਾਂ ਵਾਲੇ, ਸਭ ਦੇ ਤਾਂ ਮੈਂ ਲਾਤਾ, ਠੀਕ ਹੈ ਨਾ, ਤੁਸੀਂ ਇੰਨਾ ਪਿਆਰ ਦਿੱਤਾ ਜਾਣ, ਅੱਜ 5.5 ਮਿਲੀਅਨ 5.5 ਮਿਲੀਅਨ 5.5 ਹੋ ਗਿਆ, ਹੈ ਨਾ ਆਲਮੋਸਟ। ਅਤੇ ਡਾਰਲਿੰਗ ਜਿਹੜੇ ਘੈਂਟ ਬਣਦੇ ਜਾਣ, ਉਹਨਾਂ ਲੇਬਲਾਂ ਤੋਂ ਵੱਡੇ ਆਪਣੇ ਚੈਨਲ ਨੇ ਅੱਜ, ਠੀਕ ਹੈ ਨਾ। ਅਤੇ ਬਹੁਤ 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 ਪਿਆਰ ਦਿੱਤਾ ਜਾਣ, ਤੁਸੀਂ ਸਤਿਕਾਰ ਕਰਦਾ ਤੁਹਾਡਾ। ਇਹ 5 ਮਿਲੀਅਨ ਦੀ ਦੌੜ ਕੁਛ ਨਹੀਂ ਹੈ, ਘੱਟੋ ਘੱਟ 20 ਮਿਲੀਅਨ 21 ਮਿਲੀਅਨ ਜਾਊਗਾ ਚੈਨਲ,
ਅੱਜ ਦਾ ਮੈਂ ਕਹਿੰਦਾ ਵੀ ਕੁਛ ਵੀ ਨਹੀਂ, ਇੱਕ ਸਾਲ ਦੇ ਵਿੱਚ ਡਾਰਲਿੰਗ, ਠੀਕ ਹੈ ਨਾ, ਪਹਿਲੀ ਪਹਿਲੀ ਗੱਲ ਡਾਰਲਿੰਗ, ਸਿੱਧੂ ਮੂਸੇਵਾਲਾ ਹੋ ਗਿਆ ਜਾਨ ਐਂਡ, ਠੀਕ ਹੈ ਨਾ, ਉਹ ਆਪਣਾ ਟੋਪਿਕ ਹੋ ਗਿਆ ਐਂਡ, ਅਤੇ ਡਾਰਲਿੰਗ ਇਸੇ ਮਹੀਨੇ ਦੇ ਵਿੱਚ ਤੁਹਾਨੂੰ ਇੱਕ ਖੁਸ਼ਖਬਰੀ ਹੋਰ ਦੇਣ ਲੱਗਿਆ ਜਾਨ, ਕਿਉਂਕਿ ਹੁਣ ਜਾਨ ਕਈ ਬੰਦੇ ਨੇ ਗਾਣੇ ਹੁੰਦੇ ਨੇ, ਹੈ ਨਾ, ਹੁਣ ਜਿਵੇਂ ਆਪਣੀ ਟੀਮ ਹੋ ਗਈ, ਪ੍ਰੇਮ ਹੋ ਗਿਆ ਭਰਾ ਆਪਣਾ, ਠੀਕ ਹੈ, ਸ਼ੂਟਰ ਹੋ ਗਿਆ, ਠੀਕ ਹੈ ਨਾ, ਆਪਣੇ ਕਈ ਭਰਾ ਨੇ ਜਿਹੜੇ ਆਪਣੇ ਨਾਲ ਕੰਮ ਕਰਦੇ ਨੇ, ਮੈਂ ਸਾਈਨ ਨਹੀਂ ਕਹੂੰਗਾ ਕਿਉਂਕਿ ਸਾਈਨ ਆਪਾਂ ਮੰਨਦੇ ਨਹੀਂ, ਉਹ ਆਪਣੇ ਸਾਰੇ ਛੋਟੇ ਭਰਾ ਨੇ, ਠੀਕ ਹੈ, ਅਤੇ ਕੁਛ ਕੁ ਛੋਟੇ ਭਰਾ ਆਪਣੇ ਹੋਰ ਨੇ ਜਿਹੜੇ ਘੈਂਟ ਕੰਮ ਕਰਦੇ ਨੇ ਯਾਰ, ਘੈਂਟ ਗਾਉਂਦੇ ਨੇ, ਅਤੇ ਡਾਰਲਿੰਗ ਮੈਂ ਤੁਹਾਨੂੰ ਤਰੀਕ ਨਹੀਂ ਦੱਸ ਰਿਹਾ, ਨਾ ਮੈਂ ਤੁਹਾਨੂੰ ਲੇਵਲ ਦਾ ਨਾਮ ਦੱਸਦਾ, ਮੈਂ ਜਾਣ ਆਪਣਾ ਆਪਦਾ ਲੇਵਲ ਲਾਂਚ ਕਰਨ ਲੱਗਿਆ ਇਸੇ ਮਹੀਨੇ, ਜਿੱਡੇ ਜਿਹੜਾ ਵੀ ਘੈਂਟ ਗਾਊਗਾ, ਜਿਹੜਾ ਘੈਂਟ ਲਿਖੂਗਾ ਜਾਣ, ਅਤੇ ਲੇਵਲ 'ਤੇ ਆਊਗਾ ਗਾਣਾ, ਅਤੇ ਬੜੇ ਘੈਂਟ ਘੈਂਟ 14 ਗਾਣੇ ਤਿਆਰ ਕਰੀ ਬੈਠੇ ਹਾਂ ਅਸੀਂ, ਠੀਕ ਹੈ, ਨਵੇਂ ਮੁੰਡਿਆਂ ਦੇ ਜਮ੍ਹਾਂ ਬਿਲਕੁਲ ਫਰੈਸ਼ ਹੈ, ਅਤੇ ਆਪਣੇ ਚੈਨਲ 'ਤੇ ਆ ਰਹੇ ਨੇ, ਅਤੇ ਆਹ ਮਹੀਨੇ ਦੇ ਵਿੱਚ ਤੁਹਾਨੂੰ ਮੈਂ ਚੈਨਲ ਪਾਊਂਗਾ, ਇੱਕ ਛੋਟੀ ਜਿਹੀ ਝਲਕ ਪਾਊਂਗਾ ਚੈਨਲ ਦੀ, ਠੀਕ ਹੈ ਨਾ, ਆਹ ਮਹੀਨੇ ਦੇ ਮੈਂ ਵੀ ਐਂਡ 'ਤੇ ਪਾ ਰਿਹਾ, ਠੀਕ ਹੈ ਨਾ, ਅਤੇ ਆਪਣੇ ਕਿਉਂਕਿ ਹੁਣ ਜਿਹੜਾ ਮੇਰਾ ਚੈਨਲ ਆ ਜਾਣ, ਹੁਣ ਮੈਂ ਇਹਦੇ 'ਤੇ ਹੋਰ ਲੋਕਾਂ ਦੇ ਗਾਣੇ ਰਿਲੀਜ਼ ਨਹੀਂ ਕਰ ਸਕਦਾ, ਕਿਉਂਕਿ ਮੇਰੇ ਕਦੇ ਆਪਦੇ ਗਾਣਾ, ਕਦੇ ਮੇਰਾ ਪ੍ਰੇਮ ਦਾ ਗਿਆ, ਕਦੇ ਕੁਛ ਆ ਗਿਆ ਨਾ, ਵੀ ਬੜਾ ਸਟਾਫ ਰਹਿੰਦਾ ਡਾਰਲਿੰਗ, ਹੈ ਨਾ, ਆਪਣੇ ਚੈਨਲ ਤਾਂ ਹੈਗਾ ਹੀ ਹੈ ਘੈਂਟ, ਇਹਦੇ 'ਤੇ ਮੇਰੇ ਪਰਸਨਲ ਗਾਣੇ ਸਾਰੇ ਆਇਆ ਕਰਨਗੇ ਡਾਰਲਿੰਗ, ਇੱਕ ਤੋਂ ਇੱਕ ਜਿੰਨੇ ਵੀ ਮੇਰੇ ਘੈਂਟ ਗਾਣੇ ਜੋ ਵੀ ਗਾਣੇ ਹੋਇਆ ਕਰਨਗੇ ਮੇਰੇ ਉਹਦੇ 'ਤੇ ਆਇਆ ਕਰਨਗੇ, ਆਪਣੇ ਲੈਵਲ 'ਤੇ ਆਇਆ ਕਰਨਗੇ ਡਾਰਲਿੰਗ ਸਾਰੇ, ਬਾਕੀ ਜਿੰਨੇ ਵੀ ਗਾਣੇ ਹੋਣਗੇ ਜਿਹ 'ਚ ਮੇਰੀ ਕੋਲੈਬੋਰੇਸ਼ਨ ਵੀ ਹੋਇਆ ਕਰੂ, ਉਹ ਚੈਨਲ 'ਤੇ ਆਇਆ ਕਰੂ, ਅਤੇ ਚੈਨਲ ਦਾ ਨਾਮ ਬਹੁਤ ਘੈਂਟ ਆ, ਛੇਰੀ ਛੇਰੀ ਤੁਹਾਨੂੰ ਦੱਸਦਾ, ਠੀਕ ਹੈ ਜਾਂ, ਤਿਆਰ ਹੋ ਡਾਰਲਿੰਗ, ਅਤੇ ਗਾ ਪਾਉਣਾ, ਐਡੇ ਐਡੇ ਘੈਂਟ ਗਾਣੇ ਆ ਰਹੇ ਨੇ ਵੀ, ਕੁਛ ਵੀ ਨਹੀਂ, ਮੈਂ ਸਾਰਾ ਸਟਾਫ ਰੋਕਿਆ ਹੋਇਆ ਸੀ, ਮੈਂ ਸਿਰਫ ਆਪਦੇ ਆਪਦੇ ਗਾਣੇ ਰਿਲੀਜ਼ ਕਰ ਰਿਹਾ, ਜਿੰਨੀਆਂ ਵੀ ਕੋਲੈਬੋਰੇਸ਼ਨ ਹੈ ਕਿਸੇ ਬੰਦੇ ਨਾਲ ਆ ਰਹੀਆਂ ਨੇ ਸਾਰੀਆਂ ਉਹਦੇ 'ਤੇ ਆਉਣਗੀਆਂ ਡਾਰਲਿੰਗ, ਤਿਆਰ ਰਹੋ, ਅਤੇ ਹਰੇਕ 2 ਹਫ਼ਤਿਆਂ ਬਾਅਦ ਉਹਤੇ ਗਾਣਾ ਆਇਆ ਕਰੋ, 2 ਹਫ਼ਤਿਆਂ ਬਾਅਦ, ਠਾ 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 ਨਾਲ ਦੀ ਨਾਲ, ਠੀਕ ਹੈ ਨਾ, ਅਤੇ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਵੀ ਸਬਸਕ੍ਰਾਈਬ ਕਰੋ ਜਾਂ ਸ਼ੇਅਰ ਕਰੋ ਕੁਛ, ਪਰ ਗਾਣੇ ਸੁਣੋ ਡਾਰਲਿੰਗ, ਇੱਕ ਵਾਰੀ ਗਾਣੇ ਤੁਹਾਨੂੰ ਪਸੰਦ ਆਉਣਗੇ, ਇਹ 101% ਮੇਰੀ ਗਰੰਟੀ ਆ, ਅਤੇ ਗੇਮ ਗਾਣਾ ਜਿਹੜਾ ਸਾਰਿਆਂ ਦਾ ਫੇਵਰੇਟ ਹੈ, ਗੇਮ ਗਾਣਾ ਵੀ ਉਸੇ ਚੈਨਲ 'ਤੇ ਆ ਰਿਹਾ, ਗੇਮ ਗਾਣੇ ਨਾਲ ਹੀ ਉਹ ਚੈਨਲ ਸ਼ੁਰੂ ਕਰਾਂਗੇ ਆਪਾਂ, ਸ਼ੂਟਰ ਦਾ ਗਾਣਾ, ਮੈਂ ਅਤੇ ਸ਼ੂਟਰ ਬੰਬ ਬੁਲਾ ਲਿਆਂਗੇ, ਘੈਂਟ ਘੈਂਟ ਗਾਣਾ ਪੂਰਾ, ਅਤੇ ਬਾਕੀ ਡਾਰਲਿੰਗ ਮੈਂ ਉਹੀ ਗੱਲ ਕਹਿੰਦਾ ਵੀ ਸਾਰਿਆਂ ਨੂੰ ਇਹੀ ਕਹਿਣਾ ਵੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਆ ਜਾਣ, ਤੁਹਾਡਾ ਛੋਟਾ ਭਰਾ, ਗਲਤੀ ਫਲਤੀ ਮਾਫ਼ ਜੇ ਮੈਂ ਕੁਛ ਗਲਤ ਮਲਤ ਕਿਹਾ ਹੋਵੇ ਮਾੜਾ ਮੋਟਾ, ਅਤੇ ਦੂਜੀ ਗੱਲ ਇਹ ਡਾਰਲਿੰਗ ਸਾਰੇ ਜਾਣੇ ਆਪਣਾ ਧਿਆਨ ਰੱਖਿਓ, ਬਹੁਤ ਬਹੁਤ ਮੈਂ ਕਹਿੰਦਾ ਵਾਹਿਗੁਰੂ ਅੱਗੇ ਦੁਆ ਕਰਦਾ, ਮੇਰੀ ਉਮਰ ਵੀ ਤੁਹਾਨੂੰ ਲਾ ਦੇ, ਅਤੇ ਨਜ਼ਾਰਾ ਆਉਂਦਾ ਜਾਣ ਸੱਚਿਓ, ਐਡਾ ਨਜ਼ਾਰਾ ਆ ਰਿਹਾ ਭੈਣ ਜੋ, ਵੀ ਘੈਂਟ ਗਾਣਾ ਫੇਰਵਾਂ ਗਾਲ ਗੜ ਸੀ ਨਾ, ਨਿਕਲ ਜਾਂਦੀ ਕੀ ਕਰਾਂ, ਠੀਕ ਹੈ ਨਾ, ਬੜਾ ਘੈਂਟ ਜਿਹਾ ਰਿਸਪੋਂਸ ਮਿਲ ਰਿਹਾ, ਠੀਕ ਹੈ ਨਾ, ਇਹ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਇਹ ਜਿਹੜੇ ਮਿਲੀਅਨ ਕਮੈਂਟ, ਜਿਹੜੇ 1 ਮਿਲੀਅਨ ਕਮੈਂਟ 9 ਘੰਟੇ 'ਚ ਨਹੀਂ ਹੋਏ ਬਾਈ, ਇਹ ਹੋ ਗਏ ਸੀਗੇ ਆਲਮੋਸਟ 2:30 ਵਜੇ, 2:47 'ਤੇ, 2:47 'ਤੇ ਪਤਾ ਕੀ ਹੁੰਦਾ ਹੈਗਾ ਵੀ ਜਦੋਂ ਆਪਾਂ ਬਾਹਲੇ ਕਮੈਂਟ ਹੋ ਜਾਂਦੇ ਨੇ ਯੂਟਿਊਬ ਨਾ, ਉਹਨਾਂ ਨੂੰ ਲਾਈਕ ਸਪੈਮ 'ਚ ਪਾ ਦਿੰਦੀ ਹੈ, ਹੈ ਨਾ, ਉਹ ਫਿਰ ਸਾਨੂੰ ਅਸੈਪਟ ਕਰਨੇ ਪੈਂਦੇ ਨੇ, ਸਾਰੇ ਅਸੈਪਟ ਕਰਕੇ ਵਧਾਏ ਫਿਰ, ਕਿਉਂਕਿ ਸਾਨੂੰ ਪਤਾ ਸੀ ਇੱਧਰੋਂ ਜ਼ੋਰ ਲੱਗਿਆ ਪਿਆ ਸਾਰਿਆਂ ਦਾ ਵੀ ਹਾਂ ਮਿਲੀਅਨ ਕਿਉਂ ਨਹੀਂ ਹੋ ਰਹੇ ਮਿਲੀਅਨ, ਮਿਲੀਅਨ ਵੀਰੇ ਆਲਰੇਡੀ 2:47 ਹੋ ਗਏ ਸੀ, ਮੈਂ ਸਕਰੀਨਸ਼ੋਟ ਵੀ ਸ਼ੇਅਰ ਕਰ ਦੂੰਗਾ ਸਟੋਰੀ 'ਤੇ ਆਪਣੀ 'ਤੇ, ਅਤੇ ਬੜਾ ਹੀ ਪਿਆਰ ਸੀ ਜਾਨ, ਹੈ ਨਾ, ਮੈਂ ਤਾਂ ਮੈਂ ਕਹਿੰਦਾ ਵੀ ਯਾਰ ਕਿਸੇ ਦੀ ਇੱਜ਼ਤ ਬਣਾਉਣਾ ਜੇ ਮੈਂ ਕਹੀ ਜਾਂ ਵੀ ਮੈਂ ਇਕੱਲਾ ਲਈ ਫਿਰਦਾ ਸਾਰਾ ਕੁਛ ਕੁਛ